ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ? ਠੀਕ ਹੋ? ਉਮੀਦ ਕਰਦਾ ਸਾਡੇ ਦੋਸਤ ਠੀਕ ਠਾਕ ਹੋਣਗੇ। ਮੈਂ ਤੁਹਾਡਾ ਦੋਸਤ ਹੈਦਰ ਅਲੀ, ਤੁਸੀਂ ਵੀ ਮੇਰਾ ਯੂਟਿਊਬ ਚੈਨਲ ਹੈਦਰ ਵਲੌਗ ਅਤੇ ਅੱਜ ਦੇ ਵਲੌਗ ਵਿੱਚ ਦੋਸਤਾਂ ਨੂੰ ਖੁਸ਼ ਆਮਦੀਦ ਕਹਿੰਦੇ ਹਾਂ। ਜਿਹੜੇ ਦੋਸਤ ਮੇਰੇ ਚੈਨਲ 'ਤੇ ਨਵੇਂ ਨੇ, ਉਹਨਾਂ ਨੂੰ ਰਿਕੁਐਸਟ ਕਿ ਯਾਰ ਚੈਨਲ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਕਰ ਦੇਣ ਯਾਰ। ਅੱਛਾ ਜੀ ਦੋਸਤੋ, ਕੁਝ ਦਿਨਾਂ ਤੋਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਅਤੇ ਫੈਸਲਾਬਾਦ ਤਕਰੀਬਨ ਗਰਮੀ 45 ਸੈਂਟੀਗ੍ਰੇਡ 'ਤੇ ਅਤੇ ਬਹੁਤ ਜ਼ਿਆਦਾ ਗਰਮੀ ਹੈ। ਆਪਣਾ ਔਰ ਆਪਣੇ ਪਰਿੰਦਿਆਂ ਦਾ, ਜਾਨਵਰਾਂ ਦਾ ਬਹੁਤ ਜ਼ਿਆਦਾ ਖਿਆਲ ਰੱਖੋ, ਜਿੰਨਾ ਹੋ ਸਕੇ ਇਹਨਾਂ ਨੂੰ ਗਰਮੀ ਤੋਂ ਬਚਾਓ। ਇਹ ਦੇਖੋ ਪਰਿੰਦਿਆਂ ਦਾ ਗਰਮੀ ਦੀ ਵਜ੍ਹਾ ਤੋਂ ਕੈਸਾ ਬੁਰਾ ਹਾਲ ਹੋਇਆ ਪਿਆ, ਮੂੰਹ ਖੁੱਲ੍ਹੇ ਹੋਏ ਪਰਿੰਦਿਆਂ ਦੇ। ਆਹ ਦੇਖੋ ਜੀ ਚੂਜ਼ਿਆਂ ਦੇ, ਇਹਨਾਂ ਦੀ ਠੰਡਕ ਦਾ ਵੀ ਇੱਕ ਬੰਦੋਬਸਤ ਕੀਤਾ। ਇਹਨਾਂ ਨੂੰ ਠੰਡੀ ਚੀਜ਼ ਖਵਾਓ, ਗਲੂਕੋਜ਼ ਪਿਆਓ ਪਾਣੀ ਵਿੱਚ। ਅਤੇ ਦੋਸਤੋ, ਇਹਨਾਂ ਵਾਸਤੇ ਮੈਂ ਨਾ ਦਵਾਣੇ ਦਾ ਛਿਲਕਾ ਲਿਆ ਕੇ ਰੱਖਿਆ, ਇਹਨਾਂ ਨੂੰ ਬਾਹਰ ਕੱਢ ਕੇ ਉਹ ਖਿਲਾਉਣਾ। ਅੱਛਾ ਦੋਸਤੋ, ਆਹ ਤਰਬੂਜ਼ ਦੇ ਛਿਲਕੇ ਰੱਖੇ ਨੇ। ਓਏ ਦੋਸਤੋ, ਤਰਬੂਜ਼ ਦੇ ਛਿਲਕੇ ਰੱਖੇ ਤੇ ਆ ਵੇਖੋ ਕੈਸੇ ਮਾਸ਼ਾਅੱਲਾ ਸ਼ੌਕ ਨਾਲ ਖਾਂਦੇ ਆ। ਇਹਦੇ ਨਾਲ ਪਰਿੰਦੇ ਠੰਡੇ ਵੀ ਰਹਿੰਦੇ ਨੇ ਅਤੇ ਇਹਨਾਂ ਦੀ ਗਰਮੀ ਦਾ ਵੀ ਥੋੜ੍ਹੀ ਜਿਹੀ ਲਹਿਰ ਘੱਟ ਜਾਂਦੀ ਹੈ। ਆਹ ਦੇਖੋ ਜੀ, ਇਸ ਤੋਂ ਬਾਅਦ ਆਪਣੇ ਛੋਟੇ ਚੂਜ਼ਿਆਂ ਨੂੰ ਕੱਢਾਂਗਾ। ਇਹ ਤਰਬੂਜ਼ ਦੇ ਛਿਲਕੇ ਦੋਸਤੋ ਬਹੁਤ ਸ਼ੌਕ ਨਾਲ ਖਾਂਦੇ ਪਰਿੰਦੇ, ਅਤੇ ਗਰਮੀ 'ਚ ਇਹਨਾਂ ਨੂੰ ਜ਼ਰੂਰ ਖਵਾਇਆ ਕਰੋ, ਪਾਣੀ ਦੇ ਵਿੱਚ ਗਲੂਕੋਜ਼ ਪਿਆਇਆ ਕਰੋ ਤਾਂ ਕਿ ਇਹ ਗਰਮੀ ਤੋਂ ਬਚੇ ਰਹਿਣ। ਇਹ ਗਰਮੀ ਦੇ ਚੰਦ ਮਹੀਨੇ ਹੁੰਦੇ, ਇਹਨਾਂ ਦਾ ਬਹੁਤ ਜ਼ਿਆਦਾ ਖਿਆਲ ਰੱਖਣਾ ਪੈਂਦਾ। ਅੱਛਾ ਜੀ ਦੋਸਤੋ, ਇਹ ਛੋਟੇ ਚੂਜ਼ਿਆਂ ਦਾ ਕੇਜ ਖੋਲ੍ਹਦੇ ਹਾਂ, ਇਹਨਾਂ ਨੂੰ ਬਾਹਰ ਕੱਢਦੇ ਹਾਂ, ਇਹਨਾਂ ਨੂੰ ਵੀ ਖਿਲਾਉਂਦੇ ਹਾਂ ਅਤੇ ਇਹ ਵੀ ਜ਼ਰਾ ਬਾਹਰ ਫਿਰ ਤੁਰ ਲੈਣ। ਆਹ ਦੇਖੋ, ਇਹ ਬਾਹਰ ਆਉਣਗੇ ਅਤੇ ਸਿੱਧਾ ਤਰਬੂਜ਼ ਦੇ ਛਿਲਕਿਆਂ 'ਤੇ ਜਾਣਗੇ। ਆਇਓ ਤੁਸੀਂ, ਆ ਦੇਖੋ। ਵੱਡੇ ਪਰਿੰਦੇ ਇਹਨਾਂ ਨੂੰ ਮਾਰਦੇ, ਇਹਨਾਂ ਨੂੰ ਥੋੜ੍ਹਾ ਜਿਹਾ ਲੈਦਾ ਰੱਖਣੇ ਪੈਣਾ। ਆਹ ਦੇਖੋ ਦੋਸਤੋ, ਆ ਗਏ ਦਵਾਣੇ 'ਤੇ, ਛਿਲਕੇ ਖਾਣ ਲੱਗ ਪਏ ਨੇ ਦਵਾਣੇ ਦੇ। ਆਹ ਦੇਖੋ ਜੀ, ਉਹ ਦੂਸਰੇ ਚੂਜ਼ਿਆਂ ਨੂੰ ਇੱਧਰ ਲੈ ਕੇ ਆ, ਉੱਧਰ ਚਲੇ ਗਏ। ਆਹ ਦੇਖੋ ਜੀ, ਅਤੇ ਬੜੇ ਖੁਸ਼ ਹੋ ਕੇ ਖਾਂਦੇ ਤਰਬੂਜ਼ ਦੇ ਛਿਲਕੇ। ਮੈਂ ਤਕਰੀਬਨ ਰੋਜ਼ ਹੀ ਲੈ ਕੇ ਆਉਂਦਾ, ਇਹਨਾਂ ਨੂੰ ਰੋਜ਼ ਖਿਲਾਈਦੇ, ਇਹਨਾਂ ਦਾ ਜ਼ਰਾ ਇਹਨਾਂ ਦੀ ਗਰਮੀ ਤੋਂ ਵੀ ਬੱਚਤ ਹੋ ਜਾਂਦੀ ਹੈ ਅਤੇ ਪਾਣੀ ਦੀ ਕਮੀ ਸ਼ਮੀ ਨਹੀਂ ਹੁੰਦੀ ਇਹਨਾਂ ਨੂੰ। ਉਹ ਜੀ ਦੋਸਤੋ, ਉਹ ਵੱਡੇ ਚੂਜ਼ੇ ਨੂੰ ਬੰਦ ਕਰ ਦਿੱਤਾ, ਉਸ ਤੋਂ ਬਾਅਦ ਛੋਟੇ ਕੱਢੇ ਨੇ। ਆਹ ਦੇਖੋ, ਇਹ ਖਾ ਰਹੇ ਨੇ, ਇਹ ਖਾ ਲੈਣਗੇ ਅਤੇ ਇਹਨਾਂ ਨੂੰ ਵੀ ਬੰਦ ਕਰ ਦਾਂਗੇ। ਅੱਛਾ ਜੀ ਦੋਸਤੋ, ਇਹ ਮੁਰਗੀ ਮੈਨੂੰ ਸਰਗੋਧੇ ਤੋਂ ਗਿਫਟ ਆਈ ਸੀ ਅਤੇ ਇਹ ਜਿਹੜੀ ਹੈ ਨਾ, ਇਹਦੇ ਨਾਲ 4-5 ਬੱਚੇ ਆ। ਇਹ ਮੇਰੀ ਸਿਸਟਰ ਨੇ ਮੈਨੂੰ ਦਿੱਤੀ ਸੀ ਮੁਰਗੀ, ਅਤੇ ਇਹ ਮੁਰਗੀ ਪਹਿਲੇ ਮੈਂ ਵੀਡੀਓ 'ਚ ਨਹੀਂ ਦਿਖਾਈ ਦੋਸਤਾਂ ਨੂੰ, ਅੱਜ ਮੈਂ ਆਖਿਆ ਦੋਸਤਾਂ ਨੂੰ ਮੈਂ ਮੁਰਗੀ ਦਾ ਵੀ ਸ਼ੌਕ ਕਰਾ ਦਈਏ। ਇਹ ਤਰਬੂਜ਼ ਦੇਖੋ ਮਾਸ਼ਾਅੱਲਾ ਕੈਸਾ ਸ਼ੌਕ ਨਾਲ ਖਾਂਦੇ ਦੋਸਤੋ, ਤਰਬੂਜ਼ ਦੇ ਛਿਲਕੇ ਆਪਣੇ। ਓਏ ਇਸਕੋ ਛੋੜ, ਇਹ ਕੈਸੇ ਪਕੜਾ ਹੋਇਆ ਆਪਨੇ, ਰੱਖ ਦੇ ਨੀਚੇ। ਅੱਛਾ ਜੀ, ਇਹ ਛੋਟਾ ਚੂਜ਼ਾ ਜਿਹੜਾ ਨਾ ਬਿਮਾਰ ਹੋਇਆ। ਅੱਛਾ ਹਮਨਾ, ਸੱਚੀ ਸੱਚੀ ਬਤਾ, ਗਰਮੀ ਹੈ ਇਹ ਮੁਝੇ ਲੱਗ ਰਹੀ ਹੈ। ਗਰਮੀ ਲੱਗ ਰਹੀ ਹੈ ਆਪਕੋ ਵੀ? ਲੱਗ ਰਹੀ ਹੈ? ਕਿਤਨੀ ਜ਼ਿਆਦਾ ਲੱਗ ਰਹੀ ਗਰਮੀ ਸਾਰੀ? ਕਿਤਨੀ ਬਤਾਓ, ਆ ਸੀ ਕਿਤਨੀ ਜ਼ਿਆਦਾ? ਇਤਨੀ ਜ਼ਿਆਦਾ ਲੱਗ ਰਹੀ ਹੈ। ਅੱਛਾ ਦੋਸਤੋ, ਉਹ ਵੱਡੇ ਮੁਰਗੇ ਕੱਢੇ, ਇਹਨਾਂ ਨੂੰ ਤਰਬੂਜ਼ ਹੀ ਲਿਆ ਕੇ ਪੂਰਾ ਪਾ ਦਿੱਤਾ, ਇਹ ਖਾ ਲੈਂਦੇ, ਫਿਰ ਦੂਸਰੇ ਵੱਡੇ ਕੱਢਾਂਗੇ, ਉਹਨਾਂ ਨੂੰ ਖਿਲਾਵਾਂਗੇ। ਆਹ ਦੇਖੋ ਕੈਸੇ ਸ਼ੌਕ ਨਾਲ ਖਾਂਦੇ ਨੇ। ਅੱਛਾ ਦੋਸਤੋ, ਇੱਕ ਮੁਰਗਾ ਮੁਰਗੀ ਮੇਰਾ ਬਾਹਰ ਖਾ ਰਿਹਾ ਤਰਬੂਜ਼, ਅਤੇ ਇੱਕ ਅੰਦਰ ਆ ਗਿਆ ਜੋੜਾ, ਇਹਨਾਂ ਨੂੰ ਅੰਦਰ ਪਾ ਦਿੱਤਾ ਤਰਬੂਜ਼, ਇਹ ਅੰਦਰ ਖਾ ਰਹੇ ਨੇ। ਆਹ ਦੇਖੋ ਜੀ, ਤਰਬੂਜ਼ ਬਹੁਤ ਸ਼ੌਕ ਨਾਲ ਖਾਂਦੇ ਨੇ। ਅੱਛਾ ਦੋਸਤੋ, ਜੋੜਾ ਨੇ ਤਰਬੂਜ਼ ਖਾ ਲਿਆ, ਉਹਨੂੰ ਬੰਦ ਕਰ ਦਿੱਤਾ, ਇਹਨੂੰ ਕੱਢਿਆ, ਇਹ ਤਰਬੂਜ਼ ਖਾ ਲੈਂਦੇ ਆ ਅਤੇ ਫਿਰ ਦੂਸਰਿਆਂ ਨੂੰ ਕੱਢਾਂਗੇ ਬਾਹਰ।
ਇਸ ਤਰ੍ਹਾਂ ਵਾਰੀ ਵਾਰੀ ਦਾ ਸਾਰਿਆਂ ਨੂੰ ਕੱਢ ਕੇ ਖਿਲਾਵਾਂਗੇ ਅਤੇ ਇਹਨਾਂ ਨੂੰ ਜ਼ਰਾ ਪਾਣੀ ਸ਼ਾਣੀ ਦੀ ਕਮੀ ਇਹਨਾਂ ਦੀ ਨਾ ਪੂਰੀ ਹੋ ਜਾਏਗੀ। ਗਰਮੀ 'ਚ ਪਾਣੀ ਦੀ ਕਮੀ ਪਰਿੰਦਿਆਂ ਨੂੰ ਬਹੁਤ ਜ਼ਿਆਦਾ ਹੋ ਜਾਂਦੀ, ਇਸ ਵਜ੍ਹਾ ਤੋਂ ਕਰਕੇ ਨਾ ਇਹਨਾਂ ਨੂੰ ਇੱਦਾਂ ਦੀਆਂ ਚੀਜ਼ਾਂ ਖਵਾਉਣੀਆਂ ਪੈਂਦੀਆਂ। ਲਓ ਜੀ ਦੋਸਤੋ, ਵੀ ਜੋੜਾ ਭੁਗਤ ਗਿਆ ਅਤੇ ਇਹ ਰਹਿੰਦਾ ਸੀ, ਇਹਨੂੰ ਵੀ ਖਵਾ ਲਈਏ। ਉਸ ਤੋਂ ਬਾਅਦ ਇਹਨਾਂ ਨੂੰ ਬੰਦ ਕਰਦੇ ਹਾਂ, ਥੋੜ੍ਹੀ ਦੇਰ ਬਾਹਰ ਫੜਾਵਾਂਗੇ, ਕੁਛ ਬਾਹਰ ਫਿਰ ਰਿਹਾ, ਇਹ ਖਾ ਲੈਂਦੇ ਆ ਅਤੇ ਉਸ ਤੋਂ ਬਾਅਦ ਜਨਾਬੇ ਲਈ ਖਤਮ ਕਰ। ਅੱਛਾ ਜੀ ਦੋਸਤੋ, ਅੱਜ ਦੀ ਵੀਡੀਓ ਦਾ ਐਂਡ ਕਰਦੇ ਹਾਂ। ਜਿਹਨਾਂ ਦੋਸਤਾਂ ਵੀਡੀਓ ਪਸੰਦ ਹੈ, ਵੀਡੀਓ ਨੂੰ ਲਾਈਕ ਕਰ ਦੇਣਾ, ਚੈਨਲ ਸਬਸਕ੍ਰਾਈਬ ਕਰ ਦੇਣਾ। ਅਗਲੀ ਵੀਡੀਓ 'ਚ ਮਿਲਾਂਗੇ, ਆਪਣਾ ਬਹੁਤ ਸਾਰਾ ਖਿਆਲ ਰੱਖਣਾ, ਇਜਾਜ਼ਤ ਚਾਹੁੰਦੇ ਹਾਂ, ਅੱਲਾ ਹਾਫਿਜ਼।